ਅਸਲਾਮੁਆਲਿਕਮ ਸਿਆਸੀ ਦੇਰਾ ਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਇਤੇ ਮਿੱਠਾ ਜੀ ਬੜੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕਿਆ ਯਕੀਨ ਕਰੋ ਕਿ ਹਾਲਾਤ ਜਿਹੜੇ ਨੇ ਉਹ ਬੜੀ ਤੇਜ਼ੀ ਦੇ ਨਾਲ ਅੱਗੇ ਚੱਲ ਰਹੇ ਨੇ ਜੋ ਅਸੀਂ ਮਨਜ਼ਰਨਾਮਾ ਤੁਹਾਡੇ ਅੱਗੇ ਪੇਸ਼ ਕਰਦੇ ਰਹੇ ਹਾਂ ਅਸੀਂ ਤੁਹਾਨੂੰ ਕਹਾਂ ਨਾ ਕਿ ਨਵਾਸ਼ਿਫ ਸਾਹਿਬ ਜਿਹੜੇ ਨੇ ਉਹ ਜਾ ਰਹੇ ਨੇ ਦੁਬਈ 사우ਦੀ ਅਰਬ ਤੇ ਅੱਗੋਂ ਲੰਮੇ ਚੱਕਰ ਤੇ ਪਾਕਿਸਤਾਨ ਵਾਪਸੀ ਉਸ ਪਾਸੇ ਗੱਲ ਤਰਪੇ ਇਹ ਮੀਆਂ ਸਾਹਿਬ ਦੁਬਈ ਐਸ ਟਮਕਤ ਪਹੁੰਚ ਚੁਕੇ ਹੋਣੇ ਨੇ ਜਦੋਂ ਤੱਕ ਇਹ ਵੀਡੀਓ ਤੁਹਾਡੇ ਕੋਲ ਆਏ ਦੀ ਅਸੀਂ ਸੁਰਖਰੂ ਹੋ ਚੁਕੇ ਹੋਵਾਂਗੇ ਕਿ ਅਸੀਂ ਤੁਹਾਨੂੰ ਇਹ ਸਭ ਤੋਂ ਪਹਿਲੇ ਕਿਹਾ ਸੀ ਕਿ ਮੀਆਂ ਸਾਹਿਬ ਜਾ ਰਹੇ ਨੇ ਪਾਕਿਸਤਾਨ ਵੀ ਜਾ ਰਹੇ ਨੇ ਤੇ ਸਾਰੇ ਹਾਲਾਤ ਤੋਂ ਵਾਕਿਆ ਤਾਂ ਜੇ ਚਲੋ ਪਾਕਿਸਤਾਨ ਦੇ ਚਲੋ ਬੰਦਾ ਕੁ ਦੋ ਹਫਤੇ ਬਾਅਦ ਤਰੇ ਹਫਤੇ ਬਾਅਦ ਵੀ ਟੁਰ ਜਾਂਦਾ ਹੈ ਲੇਕਿਨ ਖੇਡ ਜਿਹੜਾ ਬੜਾ ਪਖੜਾ ਹੈ ਹੁਣ ਆਖਰੀ ਮਰਾਹਲ ਦੇ ਵਿੱਚ ਨੇ ਨਾ ਸਾਰੀਆਂ ਚੀਜ਼ਾਂ ਮਤਲਬ ਹੈ ਕਿ ਅਸੀਂ ਇੱਕ ਪਾਸੇ ਨਿਕਲਣਾ ਆਖਰੀ ਮਰਾਹਲ ਦੇ ਵਿੱਚ ਅਸੀਂ ਹੁਣ ਵੜ ਚੁੱਕੇ ਆ ਇਹਦੇ ਵਿੱਚ ਜਿਹੜੇ ਕਿਰਦਾਰ ਨੇ ਉਹਨਾਂ ਨੂੰ ਸਜ਼ਾਵਾਵਾਂ ਹੋਣੀਆਂ ਨੇ ਕਈਆਂ ਦੀ ਛੁੱਟੀ ਹੋਣੀ ਹੈ ਕਈਆਂ ਨੂੰ ਗ੍ਰਿਫਤਾਰ ਕਰਨਾ ਹੈ ਕਈਆਂ ਨੂੰ ਅੰਦਰ ਕਰਨਾ ਹੈ ਕਈਆਂ ਨੂੰ ਬਾਹਰ ਕਰਨਾ ਹੈ ਇਹ ਸਾਰੇ ਰੋਲੇ ਵਿੱਚ ਹੀ ਪੈ ਰਹੇ ਨਾ ਵੇਖੋ ਨਾ ਬਾਜ਼ਾਰ ਬਾਜ਼ਾਰਾਂ ਲੋਕਾਂ ਨੂੰ ਇਹ ਹੀ ਲੱਗਦਾ ਕਿ ਕੁਝ ਵੀ ਨਹੀਂ ਹੋ ਰਿਹਾ ਬਸ ਐਵੇਂ 5-700 ਲੋਕ ਜਿਹੜੇ ਨੇ ਉਹ ਫੜੇ ਗਏ ਨੇ ਤੇ ਬਾਕੀ ਜਿਹੜਾ ਉਹ ਕੋਈ ਸਾਖ ਕਰਤੇ ਨਹੀਂ 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 ਬੜੀ ਲੰਮੀ ਇਹ ਇਹ ਖੇਡ ਔਰ ਇਹ ਫੱਕੀ ਜਿਹੜੀ ਹੈ ਇਹ ਤੋੜ ਤੁਹਾਨੂੰ ਪਤਾ ਕਿ ਹਾਫਿਜ਼ ਸਾਹਿਬ ਦੀ ਫੱਕੀ ਤੋਂ ਜੀ ਮਸ਼ਹੂਰ ਹੋ ਗਈ ਹੈ ਤੇ ਸਾਡੀ ਫੱਕੀ ਤੇ ਪਹਿਲੇ ਹੀ ਮਸ਼ਹੂਰ ਸੀ ਹਾਫਿਜ਼ ਸਾਹਿਬ ਦੇ ਆਉਣ ਤੋਂ ਪਹਿਲੇ ਹੀ ਮਿੱਠਾ ਜੀ ਦੀ ਫੱਕੀ ਜਿਹੜੀ ਹੈ ਉਹ ਤੇ ਮਸ਼ਹੂਰ ਸੀ ਤੇ ਜੋ ਜੋ ਅਸੀਂ ਤੁਹਾਨੂੰ ਕਹਿੰਦੇ ਰਿਹਾ ਅੱਲਾਹ ਦੇ ਫਜ਼ਲੋ ਕਰਮ ਦੇ ਨਾਲ ਉਸ ਪਾਸੇ ਗੱਲ ਜਿਹੜੀ ਹੈ ਉਹ ਜਾਂਦੀ ਰਹੀ ਹੈ ਅੱਗੇ ਅਸੀਂ ਤੁਹਾਨੂੰ ਪਹਿਲੀ ਵੀਡੀਓ ਚ ਦੱਸਿਆ ਕਿ 라ਵਲ ਪਿੰਡੀ ਦੇ ਵਿੱਚੋਂ ਬਹਿਰੀਆ ਟਾਊਨ ਦੇ ਵਿੱਚੋਂ ਇੱਕ ਲੈਫਟੀਨੈਂਟ ਕਰਨਲ ਸਾਹਿਬ ਜਿਹੜੇ ਸੀ ਉਹਨਾਂ ਦੀ ਅਸਾਂ ਸਟੋਰੀ ਜਿਹੜੀ ਹੈ ਉਹ ਤੁਹਾਨੂੰ ਸੁਣਾਈ ਕਿ ਉਹ ਬਰਤਾਨੀਆਂ ਦੇ ਵੀਜ਼ੇ ਲੈ ਕੇ ਤੇ ਪਾਕਿਸਤਾਨੋਂ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਵੀਜ਼ੇ ਲੱਗ ਚੁੱਕੇ ਨੇ ਸਾਰੀ ਤਫਸੀਲ ਅਸੀਂ ਦੱਸ ਚੁੱਕੀ ਹੇ ਤੇ ਆਪਣੀਆਂ ਮਿੱਠੀਆਂ ਏਜੰਸੀਆਂ ਨੂੰ ਸੀ ਕਹਿ ਚੁੱਕੇ ਆ ਕਿ ਸਰ ਜੀ ਫੜ ਸਕਦੇ ਹੋ ਤਾਂ ਫੜ ਲੈ ਠੀਕ ਹੋ ਗਿਆ ਨਾ ਹੁਣ ਜਿਹੜੀਆਂ ਖਬਰਾਂ ਮੈਂ ਤੁਹਾਡੇ ਸਾਹਮਣੇ ਲੈ ਕੇ ਆ ਬੰਦਿਆਲ ਨੂੰ ਫੱਕੀ ਦੇਣ ਦਾ ਮੁਕੰਮਲ ਬੰਦੋਬਸਤ ਹੋ ਗਿਆ ਬੰਦਿਆਲ ਦੇ ਮਨ ਲੱਗਦਾ ਪੇਟ ਅੱਜ ਕੋ ਪੀੜ ਛੀੜ ਕੋਈ ਵੱਧ ਹਜ਼ਮ ਨਹੀਂ ਹੋਈ ਇਹ ਬੰਦਿਆਲ ਨੂੰ ਜਿਹੜੀ ਗੱਲ ਹੈ ਬਾਦ ਅਜ਼ਮੀ ਡਾਲਰਾਂ ਨਾਲ ਹੀ ਹੋ ਸਕਦੀ ਹੈ ਨਾ ਜਦੋਂ ਤੁਸੀਂ ਜ਼ਿਆਦਾ ਖਾ ਲੈਂਦੇ ਹੋ ਤੇ ਬਾਦ ਅਜ਼ਮੀ ਹੁੰਦੀ ਹੈ ਤੇ ਬੰਦਿਆਲ ਜਿਹੜਾ ਇਹਨੂੰ ਵੀ ਬਦ ਹਜ਼ਮੀ ਹੋਈ ਹੈ ਤੇ ਇਹਦਾ ਇਹਨੂੰ ਫੱਕੀ ਦੇਣ ਦਾ ਵੀ ਬੰਦੋਬਸਤ ਕਰ ਲਿਆ ਗਿਆ ਇਹਦੇ ਤੇ ਗੱਲ ਕਰਨੇ ਆ ਨਵਾਜ਼ ਸ਼ੀਫ ਦੇ ਹੱਕ ਤੇ ਵਿੱਚ ਬਹੁਤ ਵੱਡਾ ਫੈਸਲਾ ਆ ਰਿਹਾ ਜਿਸ ਤਰ੍ਹਾਂ ਮੈਂ ਤੁਹਾਨੂੰ ਕਹਿ ਰਿਹਾ ਬਾਰ-ਬਾਰ ਕਿ ਵਜ਼ੀਰ ਆਜ਼ਮ ਨਵਾਜ਼ ਸ਼ੀਫ ਸਾਹਿਬ ਆ ਰਹੇ ਨੇ ਫੈਸਲਾ ਹੋ ਚੁੱਕੇ ਆ ਕਿਉਂਕਿ ਉਸ ਤੋਂ ਇਲਾਵਾ ਇਹ ਮੌਨੋ ਕੱਗੇ ਨਹੀਂ ਜਾ ਸਕਦਾ ਜਿੰਨਾ ਉਹਦੇ ਕੋਲ ਤਜਰਬਾ ਹੈ ਔਰ ਜਿੰਨਾ ਉਹਦੇ ਕੋਲ ਇਹ ਸਾਰਾ ਤੁਸੀਂ ਕਹਿ ਸਕਦੇ ਹੋ ਕਿ ਤੁਹਾਡੇ ਸਾਹਮਣੇ ਹੀ ਹੈ ਪਾਕਿਸਤਾਨ ਦੇ ਵਿੱਚ ਤੁਸੀਂ ਅਗਰ ਨਵਾਜ਼ ਸ਼ੀਫ ਦੇ ਮਨਸੂਬੇ ਕੱਢ ਦਿਓ ਤੇ ਖੰਡਰ ਹੀ ਨਜ਼ਰ ਆਉਣ ਸਿੱਧੀ ਸਿੱਧੀ ਗੱਲ ਹੈ ਨਾ ਨਵਾਰਸ਼ੀਵ ਦੇ ਹੱਕ ਚ ਵੱਡਾ ਫੈਸਲਾ ਆ ਗਿਆ ਇਹਦੇ ਤੇ ਗੱਲ ਕਰਨੇ ਆ ਨਿਆਜ਼ੀ ਫੈਜ਼ ਦਾ ਖੇਲ ਖਤਮ ਪ੍ਰਵੇਜ਼ ਲਈ ਦੀ ਰਿਹਾਈ ਤੇ ਗ੍ਰਿਫਤਾਰੀ ਫਿਰ ਗ੍ਰਿਫਤਾਰੀ ਤੇ ਫਿਰ ਰਿਹਾਈ ਇੱਕ ਹੀ ਚੱਕਰ ਇਹਦੇ ਤੇ ਗੱਲ ਕਰਨੇ ਆ ਬੰਦਿਆਲ ਸਾਹਿਬ ਜਿਹੜੇ ਨੇ ਇਹਨਾਂ ਨੂੰ ਫੱਕੀ ਦੇਣ ਦਾ ਫੈਸਲਾ ਜਿਹੜਾ ਨਾ ਵੱਡੇ ਘਰ ਦੇ ਵਿੱਚ ਹੋ ਚੁੱਕਿਆ ਹੈ ਕਿਉਂਕਿ ਬਲਾਵਾਜਾ ਬੰਦਿਆਲ ਜਿਹੜਾ ਉਹ ਜਿਵੇਂ ਤੁਸੀਂ ਕਹਿੰਦੇ ਨਹੀਂ ਬਈ ਚੌ ਲੱਤਾਂ ਵਾਲੀ ਟਰੱਕ ਥੱਲੇ ਆ ਗਈ ਇਹ ਬੰਦਿਆਲ ਬਲਾ ਵਜਾ ਇਸਤੇਮਾਲ ਹੋ ਕੇ ਇਸرائیਲੀ ਬکریاں ਕੋਲੋਂ ਨਿਆਜ਼ੀ ਕੋਲੋਂ ਤੇ ਟਰੱਕ ਥੱਲੇ ਜਾਣ ਦੀ ਕੋਸ਼ਿਸ਼ ਕਰਦਾ ਪਿਆ ਟਰੱਕ ਵੀ ਵੱਡਾ ਹੁਣ ਜੋ ਸਾਡੇ ਕੋਲ ਤਫਸੀਲ ਆਈ ਏ ਜੋ ਖਬਰ ਆਈ ਏ ਉਹਦੇ ਵਿੱਚ ਇਹ ਹੀ ਏ ਕਿ ਇਹ ਇਹਦਾ ਇਹਦਾ ਮੱਕੂ ਠੱਪਣ ਦਾ ਪ੍ਰੋਗਰਾਮ ਜਿਹੜਾ ਉਹ ਬਣਾ ਲਿਆ ਮੱਕੂ ਠੱਪਣ ਦਾ ਮਤਲਬ ਅਜੀਬ ਖਬਰ ਤੁਸੀਂ ਐਂ ਜੀ ਸਮਝੋ ਬਈ ਸੱਜਿਓ ਖਬੇ ਸਾਡੇ ਕੋਲ ਪਹੁੰਚੀ ਹੈ ਜਿਹਾ ਉੱਥੇ ਪਹੁੰਚਣਾ ਜਿੱਥੋਂ ਖਬਰ ਨਿਕਲੀ ਹੈ। ਮਤਲਬ ਵੇਖੋ ਨਾ ਮੈਂ ਫੌਜੀ ਅਦਾਲਤਾਂ ਦੇ ਉੱਤੇ ਬੈਂਚ ਬਣਾ ਦਿੱਤਾ। ਬੈਂਚ ਬਣਾਉਣਾ ਤੇਰਾ ਕੰਮ ਹੀ ਨਹੀਂ। ਤੂੰ ਗੈਰਕਾਨੂੰਨੀ ਬੈਂਚ ਬਣਾਇਆ। ਤੇਰੇ ਕੋਲ اختیار ਹੀ ਕੋਈ ਨਹੀਂ। ਜਦੋਂ ਕਾਨੂੰਨ ਨਵਾਂ ਬਣ ਚੁੱਕਿਆ ਤੂੰ ਕਿਸ ਚੱਕਰ ਵਿੱਚ ਬੈਂਚ ਬਣਾ ਕੇ ਬੈਠਾ ਹੈ? ਔਰ ਕਿਹਦੇ ਕਹਿਣ ਤੇ ਬਣਾ ਕੇ ਬੈਠਾ ਹੈ ਦੋ ਬੱਕਰੀਆਂ ਦੇ। ਪੀਪਲ ਪਾਰਟੀ ਦੇ ਦੋ ਸਾਬਕਾ ਬੱਕਰੇ ਉਹਨਾਂ ਦੇ ਕਹਿਣ ਤੇ ਤੂੰ ਇਹ ਬਣਾਣਾ ਪਿਆ। ਬੱਕਰੀਆਂ ਦੇ ਪਿੱਛੇ ਕੀ ਸਟੋਰੀ ਹੈ? ਜਸਟਿਸ ਚੀਫ ਜਸਟਿਸ ਸਾਬਕਾ ਜਵਾਦ ਐਸ ਖਾਦਾ ਖਾਜਾ ਖੁਫੀਆ ਮੁਲਾਕਾਤ ਬੰਦਿਆਲ ਦੇ ਨਾਲ ਰਾਤ ਗਏ ਪੈਸੇ ਟਰੇ ਸਾਰਾ ਕੁਝ ਉਸ ਤੋਂ ਬਾਅਦ ਇੱਕ ਖੁਫੀਆ ਮੁਲਾਕਾਤ ਲਤੀਫ ਖੋਸਾ ਦੇ ਘਰ ਉੱਥੇ ਕੌਣ ਕੌਣ ਆਇਆ ਇਹ ਲੰਮੇ ਚੱਕਰ ਤੇ ਔਰ ਬੰਦਿਆਲ ਜਿਹੜਾ ਆਖਰੀ ਆਖਰੀ ਇਹ ਇੱਕ ਤੇ ਉਧਰੋਂ ਪੈਸੇ ਪੈ ਖਾਂਦਾ ਤੇ ਉਧਰੋਂ ਇਸਟੈਬਲਿਸ਼ਮੈਂਟ ਕੋਲੋਂ ਮਾਫੀ ਮੰਗਦਾ ਪਿਆ ਕਿ ਜੀ ਮੈਂ ਇਹ ਸਾਰਾ ਕੁਝ ਖਤਮ ਕਰ ਦੇਣਾ ਤੇ ਮੈਨੂੰ ਡੀਲ ਦਿਓ ਮੈਂ ਬਾਲ ਬੱਚਾ ਲੈ ਕੇ ਬਾਹਰ ਟੁਰ ਜਾਣਾ ਇਧਰੋਂ ਡੀਲ ਮੰਗਦਾ ਉਧਰੋਂ ਪੈਸੇ ਖਾਂਦਾ ਪਿਆ ਮਤਲਬ ਤੁਸੀਂ 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 ਬੰਦਿਆਲ ਦੀ ਤੁਸੀਂ ਜਰਾ ਉਹਦੀ ਹੁਸ਼ਿਆਰੀ ਚੈੱਕ ਕਰੋ ਚਲਾਕੀ ਚੈੱਕ ਕਰੋ ਉਧਰੋਂ ਬੱਕਰਿਆਂ ਕੋਲੋਂ ਪੈਸੇ ਪਿਆ ਖਾਂਦਾ ਨਿਆਜ਼ੀ ਰਾਣ ਕੋਲੋਂ ਤੇ ਉਹ ਦੂਜੇ ਜਿਹੜੇ ਨੇ ਇਤਜ਼ਾਜ਼ਦਰੀ ਤੇ ਇਧਰੋਂ ਮਾਫੀਆਂ ਪਿਆ ਮੰਗਦਾ ਕਿ ਮੈਨੂੰ ਡੀਲ ਦਿਓ ਤੇ ਇਹਦਾ ਬੰਦੋਬਸ ਜਿਹੜਾ ਨਾ ਅੰਦਰੋਂ ਜਿਹੜੀ ਖਬਰ ਮੇਰੇ ਕੋਲ ਆਈ ਇੱਕ ਬੜੀ ਸਖਤ ਲਫ਼ਾਜ਼ ਦੇ ਵਿੱਚ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਜੋ ਮਰਜ਼ੀ ਕਰ ਲਵੇ ਬੰਦਿਆਲ ਇਹ ਫੌਜੀ ਅਦਾਲਤਾਂ ਦੇ ਵਿੱਚ ਕੇਸ ਚੱਲੇ ਨੇ ਤੇ ਇਹ ਬੰਦਿਆਲ ਦਾ ਜਿਹੜਾ ਗੁਰੂ ਹੈ ਬੰਦਿਆਲ ਦਾ ਜਿਹੜਾ ਇਮਾਮ ਹੈ ਨਿਆਜ਼ੀ ਇਹਦਾ ਕੇਸ ਵੀ ਜਿਹੜਾ ਇਹ ਫੌਜੀ ਅਦਾਲਤ ਦੇ ਵਿੱਚ ਚੱਲਣਾ ਤੇ ਕੋਈ ਇੱਥੇ ਡੀਲ ਨਹੀਂ ਤੇ ਕੋਈ ਕਿਸੇ ਨੂੰ ਇੱਥੇ ਰਾਇਤ ਨਹੀਂ ਔਰ ਉੱਥੇ ਆਰਮੀ ਚੀਫ ਸਾਹਿਬ ਨੇ ਇਹ ਵੀ ਕਿਹਾ ਕਿ ਅਗਰ ਮੇਰਾ ਬੇਟਾ ਵੀ ਸ਼ਾਮਲ ਹੁੰਦਾ 9 ਮਈ ਦੇ ਵਾਕਿਆਤ ਦੇ ਵਿੱਚ ਤੇ ਉਹਦਾ ਕੇਸ ਵੀ ਫੌਜੀ ਅਦਾਲਤ ਦੇ ਵਿੱਚ ਹੀ ਚੱਲਦਾ ਔਰ ਉਹਨੂੰ ਵੀ ਉਹੀ ਸਜ਼ਾ ਮਿਲਦੀ ਜੋ ਆئین ਔਰ ਕਾਨੂੰਨ ਦੇ ਵਿੱਚ ਲਿਖੀ ਹੈ ਫੌਜ ਦੇ ਉੱਤੇ ਹਮਲਾ ਕਰਨ ਦੀ ਜਾਂ ਗਦਰਾਰੀ ਦੀ ਜਾਂ ਇਸ ਤਰ੍ਹਾਂ ਇੱਕ ਰਿਆਸਤ ਦੇ ਖਿਲਾਫ ਬੰਦੂਕ ਉਠਾਣ ਦੀ ਉਹ ਅੰਦਰ ਮੇਰਾ ਅਗਰ ਬੇਟਾ ਵੀ ਹੁੰਦਾ ਸ਼ਾਹ ਹੀ ਕਹਿੰਦੇ ਨੇ ਤੇ ਉਹਨੂੰ ਵੀ ਇਹੀ ਸਜ਼ਾ ਮਿਲਦੀ ਅਖ ਤੀਜਾ ਸ਼ਾਹ ਨੂੰ ਵੇਖ ਆ ਤੁਹਾਡੇ ਸਾਹਮਣੇ ਕੱਲ ਇੱਕ ਬ੍ਰਿਗੇਡੀਅਰ ਜਵੇਦ ਸੀ ਉਹ ਉਹ ਚਲਾ ਗਿਆ ਫੌਜੀ ਦਲਤ ਚ ਕੇਸ ਹੋ ਜਾ ਦੋ ਐਮਪੀ ਕੀ ਚਲੇ ਗਏ ਲਾਹੌਰ ਤੋਂ ਅੱਗੋਂ ਹੋਰ ਲੈਣਾ ਆ ਰਹੀਆਂ ਮਤਲਬ ਕਿ ਚਾਹੇ ਤੁਸੀਂ ਅੱਜ ਜਮਸ਼ੇਦ ਚੀਮਾ ਵੇਖ ਲਓ ਉਹਦੀ ਬੇਗਮ ਮੁਸਰਤ ਚੀਮਾ ਉਹਨੇ ਵੀ ਗ੍ਰਿਫਤਾਰ ਹੋਣਾ ਅਫਵਾਜ ਚੌਧਰੀ ਇਹਨਾਂ ਸਾਰਿਆਂ ਗ੍ਰਿਫਤਾਰ ਹੋਣਾ ਆਮਰ ਕਿਆਨੀ 라ਵਲਪਿੰਡੀ ਵਾਲਾ ਉਹ ਮਾਫੀ ਤੇ ਮੰਗ ਲਿਆ ਲੇਕਿਨ ਗ੍ਰਿਫਤਾਰ ਹੋਣਾ ਹੈ। ਇਹ ਸ਼ੇਖ ਰਸ਼ੀਦ ਜਿਹੜਾ ਉਹ ਮੀਰਪੁਰ ਦੇ ਵਿੱਚ ਛੁਪਿਆ ਹੈ ਮਹਿਬਸ਼ ਨਾਲ ਆਪਣੇ ਖਾਮਦ ਨਾਲ ਲੇਕਿਨ ਗ੍ਰਿਫਤਾਰ ਹੋਣਾ ਹੈ। ਮਾਫੀ ਨਹੀਂ ਮਿਲਣੀ ਇੱਥੇ ਕਿਸੇ ਨੂੰ। ਇਹ ਥੋੜੀ ਡਿਟੇਲ ਮਾਠੇ ਕਿਉਂਕਿ ਮਾਮਲੇ ਬੜੇ ਗੰਭੀਰ ਨੇ ਚਾਈਨਾ, ਰੂਸ, ਹਿੰਦੁਸਤਾਨ, ਈਰਾਨ, ਸੌਦੀ ਅਰਬ, ਦੁਬਈ, ਕਤਰ, ਮਸਕਤ, ਪਾਕਿਸਤਾਨ ਦੇ ਹਾਲਾਤ ਗੁੰਡਾ ਡਲਰਾਂ ਨੇ ਬੜੇ ਨਿਵਾਜ ਸੀਫ ਨੇ ਆਣਾ ਹੈ ਇਲੈਕਸ਼ਨ ਹੋਣੇ ਨੇ। ਇਸ ਵਾਸਤੇ ਚੀਜ਼ਾਂ ਥੋੜੀਆਂ ਜੀਆਂ ਢਿੱਲਮੱਠ ਤੁਨ ਲੱਗਦੀ ਹੈ ਲੇਕਿਨ ਫੱਕੀ ਜਿਹੜੀ ਸਾਰਿਆਂ ਨੂੰ ਮਿਲਨੀ ਤੇ ਬੰਦਿਆਲ ਦਾ ਬੰਦੋਬਸ ਜਿਹੜਾ ਇੱਕ ਕਰ ਲਿਆ ਗਿਆ ਇਹ ਮੈਂ ਤੁਹਾਨੂੰ ਦੱਸ ਤਿਆਂ। ਔਰ ਮੈਂ ਫਿਰ ਕਹਾਂਦਾ ਕਿ ਬੰਦਿਆਲ ਕਦੀ ਵੀ ਫੌਜੀ ਅਦਾਲਤਾਂ ਦੇ ਖਿਲਾਫ ਫੈਸਲਾ ਨਹੀਂ ਦੇਗਾ ਕਿਉਂਕਿ ਉਹਨੂੰ ਪਤਾ ਹੈ ਕਿ 2 ਮਹੀਨੇ ਤਾਂ ਰਹਿ ਗਏ ਨੇ। ਤੇ ਉਸ ਤੋਂ ਬਾਅਦ ਇਸੇ ਫੌਜੀ ਅਦਾਲਤ ਵਿੱਚ ਮੈਮ ਵਿੱਚ ਆ ਜਾਣਾ। ਸਰਦਕਾਰਾਂ ਦੇ ਵਿੱਚ ਬੰਦਿਆਲ ਸਰਦਕਾਰ ਹੋਇਆ ਨਾ ਫਿਰ। ਠੀਕ ਹੈ ਨਾ ਅਗਲੀ ਖਬਰ ਤੇ ਆਜੋ ਨਵਾਜ਼ ਸ਼ਰੀਫ ਦੇ ਹੱਕ ਦੇ ਵਿੱਚ ਵੱਡਾ ਫੈਸਲਾ ਆ ਗਿਆ। ਨਵਾਜ਼ ਸ਼ਰੀਫ ਦਿਨ-ਬਦਨ ਸੁਰਖਰੂ ਹੋ ਰਿਹਾ ਹੈ। پاکستان ਹੋਂ ਦਾ ਐਲਾਨ ਵੀ ਹੋ ਚੁੱਕਿਆ ਕਿ ਮੀਆਂ ਸਾਹਿਬ ਆ ਰਹੇ ਨੇ ਸ਼ੇਰ ਆ ਰਹੇ ਆ ਔਰ ਮੀਆਂ ਸਾਹਿਬ ਜਿਹੜੇ ਨੇ ਉਹ ਜਦੋਂ ਤੱਕ ਤੁਹਾਡੇ ਕੋਲ ਵੀਡੀਓ ਆਏਗੀ ਉਹ ਇਸ ਟਾਈਮ ਉਦੋਂ ਤੱਕ ਉਹ ਦੁਬਈ ਪਹੁੰਚ ਚੁੱਕੇ ਹੋਣਗੇ ਮਰੀਮ ਨਵਾਜ਼ ਸਾਹਿਬਾ ਉੱਥੇ ਪਹਿਲੇ ਪਹੁੰਚ ਚੁੱਕੀ ਹੈ ਤੇ ਉਸ ਤੋਂ ਬਾਅਦ ਉਹਨਾਂ ਸਾਊਦੀ ਅਬ ਜਾਣਾ ਹੈ ਅੱਲਾ ਦੇ ਘਰ ਨਬੀ ਦੇ ਘਰ ਦੀ ਮਸਜਿਦ ਜੀ ਉਹ ਸਾਰਾ ਉੱਥੇ ਉਹਨਾਂ ਸਰਤਾ ਜਿਹੜਾ ਕਰਨਾ ਹੈ ਦੁਆਵਾਂ ਮੰਗਣੀਆਂ ਔਰ ਉਸ ਤੋਂ ਬਾਅਦ ਮੁਲਾਕਾਤਾਂ ਦੇ سلسلے ਜਿਹੜੇ ਨੇ ਉਹ ਸ਼ੁਰੂ ਹੋਣੇ ਨੇ ਨਵਾਜ਼ ਸ਼ਰੀਫ ਸਾਹਿਬ ਅੱਜ ਫਿਰ ਇੱਕ ਅਦਾਲਤ ਦੇ ਵਿੱਚੋਂ ਸੁਰਖਰੂ ਹੁੰਦੇ ਨੇ ਇਮਰਾਨ ਖਾਨ ਔਰ ਫੈਜ਼ ਨੇ ਇੱਕ ਕੇਸ ਬਣਾਇਆ ਸੀ ਮੀਆਂ ਨਵਾਜ਼ ਸ਼ਰੀਫ ਦੇ ਖਿਲਾਫ ਉਹ ਤੁਹਾਨੂੰ ਯਾਦ ਹੋਏਗਾ ਉਹ ਜੀਓ ਟੀਵੀ ਦਾ ਜਿਹੜਾ ਮਾਲਕ ਹੈ ਉਹ ਆਪਣਾ ਖਲੀਲੁਰ ਰਹਿਮਾਨ ਸਾਹਿਬ ਨੇ ਜਾਂ ਕਿਹੜੇ ਨੇ ਸ਼ਕੀਲੁਰ ਰਹਿਮਾਨ ਸਾਹਿਬ ਉਹਨਾਂ ਨੂੰ 8-9 ਮਹੀਨੇ ਅੰਦਰ ਵੀ ਰੱਖਿਆ ਇੱਕ ਝੂਠੇ ਕੇਸ ਦੇ ਵਿੱਚ ਕੋ ਜ਼ਮੀਨ ਦੀ ਕੋ ਅਲਾਟਮੈਂਟ ਦਾ ਮਸਲਾ ਸੀ ਕਿ ਨਵਾਜ਼ ਸ਼ਰੀਫ ਨੇ ਇਹਨਾਂ ਨੂੰ ਜ਼ਮੀਨ ਅਲਾਟ ਕੀਤੀ ਪਤਾ ਨਹੀਂ 1988 ਸੀ ਕਿ 1990 ਸੀ ਕਿ ਪਤਾ ਨਹੀਂ ਕਦੋਂ ਉਹ ਗੈਰ ਕਾਨੂੰਨੀ ਸੀ ਤੇ ਉਹ ਐਨਸੀ ਤੇ ਉਹ ਸੀ ਤੇ ਫਾਰੈਸ ਸੀ ੁਰਾਪਰਾ ਉਹਨੂੰ 7-8 ਮਹੀਨੇ ਅੰਦਰ ਰੱਖ ਕੇ ਤੇ ਜੀਓ ਦਾ ਟੀਵੀ ਜਿਹੜਾ ਉਹਨੂੰ ਆਪਣੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਹ ਡਟੇ ਰਹਿ ਸ਼ਹਾਦਤ ਸ਼ਾਜੀਬ ਖਾਨ ਜ਼ਾਦਾਰੀ ਔਰ ਉਹ ਵਡੇਰਾ ਆਦਮੀ ਸੀ ਮੀਲ ਸ਼ਕੀਰ ਸਾਹਿਬ ਵਡੇਰੇ ਸੀ ਉਹ ਕੱਢ ਗਿਆ 8-9 ਮਹੀਨੇ ਜੇਲ੍ਹ ਦੇ ਵਿੱਚ ਤੇ ਉਸੇ ਕੇਸ ਦੇ ਵਿੱਚ ਨਾ ਮੀਆਂ ਤੇ ਵੀ ਇੱਕ ਰੈਫਰੈਂਸ ਕੀਤਾ ਸੀ ਤੇ ਉਸ ਰੈਫਰੈਂਸ ਦੇ ਵਿੱਚੋਂ ਮੀਆਂ ਨਵਾਜ਼ ਸ਼ਿਖਰ ਸਾਹਿਬ ਉਹ ਬਾਈਜ਼ਤ ਬਰੀ ਹੋ ਗਨ ਤੇ ਬਾਕੀ ਜਿਹੜਾ ਉਹਨਾਂ ਦਾ ਨਹਿਬ ਅਦਾਲਤ ਦਾ ਕੇਸ ਹੈ ਜਿਹਦੇ ਵਿੱਚ ਸਜ਼ਾ ਹੋਈ ਹੈ ਜ਼ੈਰੀ ਗੱਲ ਹੈ ਜਦੋਂ ਮੀਆਂ ਨੇ ਆਣਾ ਤੇ ਨਹਿਬ ਨੇ اسلامਾਬਾਦ ਹਾਈ ਕੋਰਟ ਦੇ ਵਿੱਚ ਜਾ ਕੇ ਪੇਸ਼ ਹੋਣਾ ਹੈ ਔਰ ਕਹਿਣਾ ਹੈ ਕਿ ਸਰ ਜੀ ਇਸ ਕੇਸ ਦੇ ਵਿੱਚ ਜਾਣ ਨਹੀਂ ਕੋਈ ਨਹੀਂ ਤੇ ਲਿਆਦਾ ਅਸੀਂ ਕੇਸ ਜਿਹੜਾ ਇਹ ਵਾਪਸ ਲੈਨੇ ਆ ਔਰ ਇਹਨੂੰ ਅਸੀਂ ਦਾਖਲ ਦਫਤਰ ਕਰਨੇ ਇਹ ਇਹਦੇ ਵਿੱਚ ਜਾਣ ਹੀ ਕੋ ਨਹੀਂ ਇਹ ਫੈਜ਼ ਔਰ ਨਿਆਜ਼ੀ ਨੇ ਬਣਾਇਆ ਸੀ ਤੇ ਲਿਆਦਾ ਫੈਜ਼ ਔਰ ਨਿਆਜ਼ੀ ਨੂੰ ਗ੍ਰਫਤਾਰ ਕੀਤਾ ਜਾ ਜਿਨ੍ਹਾਂ ਨੇ ਮੀਆਂ ਨਵਾਜ਼ ਸ਼ੀਫ ਦੇ ਉੱਤੇ ਇਹ ਕੇਸ ਬਣਾ ਕੇ ਤੇ ਅਰਸ਼ਦ ਜੱਜ ਅਰਸ਼ਦ ਮਲਕ ਨੂੰ ਪੈਸੇ ਦੇ ਕੇ ਤੇ ਇਹ ਫੈਸਲਾ ਕਰਵਾਇਆ ਲਿਆਦਾ ਨਿਆਜ਼ੀ ਔਰ ਫੈਜ਼ ਦੋਨਾਂ ਨੂੰ ਗ੍ਰਿਫਤਾਰ ਕੀਤਾ ਜਾਏ ਨਾਇਬ ਲਿਖ ਕੇ ਦੇਗਾ ਨਾ ਇਸਲਾਮਾਬਾਦ ਹਾਈ ਕੋਰਟ ਨੂੰ ਕਿ ਜੀ ਇਹ ਕੇਸ ਬਣਦਾ ਹੀ ਸੀ ਮਰੀਮ ਨਵਾਜ਼ ਅੱਗੇ ਬਰੀ ਹੋ ਚੁੱਕੀ ਹੈ ਤੇ ਨਿਆਜ਼ੀ ਔਰ ਫੈਜ਼ ਨੇ ਇਹ ਕੇਸ ਬਣਾਇਆ ਸੀ ਜੱਜ ਤੇ ਪ੍ਰੈਸ਼ਰ ਪਾ ਕੇ ਉਹਨੂੰ ਉਹਦੀ ਗੰਦੀ ਵੀਡੀਓ ਬਹਾ ਕੇ ਤੇ ਲਿਹਾਜ਼ਾ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਜਾਏ ਜਿਨ੍ਹਾਂ ਦੀ ਵਜ੍ਹਾ ਤੋਂ ਜੱਜ ਦੇ ਪ੍ਰੈਸ਼ਰ ਪਾ ਕੇ ਇਹ ਫੈਸਲਾ ਕਿਹਾ ਮੁਜਰਮ ਅਸਲ ਦੇ ਵਿੱਚ ਨਿਆਜ਼ੀ ਔਰ ਫੈਜ਼ ਨੇ ਇਨਨ ਨੂੰ ਫੜਿਆ ਜੇ ਨਵਾਜ਼ ਸ਼ਰੀਫ ਜਿਹੜਾ ਉਹ ਬੇਕਸੂਰ ਹੈ ਕਿਉਂਕਿ ਇਸ ਕੇਸ ਦੇ ਵਿੱਚੋਂ ਮਰੀਮ ਨਵਾਜ਼ ਸ਼ਰੀਫ ਅੱਗੇ ਬਰੀ ਹੋ ਚੁੱਕੀ ਹੈ ਤੇ ਪ੍ਰਵੇਜ਼ ਲਾਈ ਦੀ ਰਿਹਾਈ ਔਰ ਗ੍ਰਿਫਤਾਰੀ ਪ੍ਰਵੇਜ਼ ਲਾਈ ਜਿਹੜਾ ਕਦੀ ਅੰਦਰ ਕਦੀ ਬਾਹਰ ਹੁਣ ਸੁਣਨ ਚਾਹ ਰਿਹਾ ਕਿ ਅੱਜ ਕੱਲ ਇਹ ਫਿਰ ਉਹਦੀ ਰਿਹਾਈ ਹੋਣੀ ਹੈ ਤੇ ਫਿਰ ਅਗੋ ਪੁਲਿਸ ਨੇ ਫੜ ਲੈਣਾ ਪਤਾ ਨਹੀਂ ਹੁਣ ਤੱਕ ਹੋ ਚੁੱਕੀ ਹੋਵੇ ਜਦੋਂ ਤੱਕ ਤੁਹਾਡੇ ਕੋਲੇ ਵੀਡੀਓ ਆਏ ਤੇ ਪੁਲਿਸ ਵਾਲੇ ਬਾਰਖੋਤੇ ਹੁਣ ਫਿਰ ਲੈ ਕੇ ਜਾਣ ਕਿ ਕੋਈ ਜਾਣ ਨਹੀਂ ਛੁੱਟਣੀ ਕਰਪਸ਼ਨ ਤੇ ਵੀ ਜਾਣ ਨਹੀਂ ਛੁੱਟਣੀ ਤੇ 9 ਮਈ ਤੇ ਵੀ ਜਾਣ ਨਹੀਂ ਛੁੱਟਣੀ ਕਿਉਂਕਿ ਅਸਲ ਇਤਸਾਬ ਅਸਲ ਨਵਾਂ ਪਾਕਿਸਤਾਨ ਅਸਲ ਸਾਰਾ حساب ਪਤਾਬ ਤੇ ਹੁਣ ਸ਼ੁਰੂ ਹੋਣਾ ਕਿਉਂਕਿ ਪਾਕਿਸਤਾਨ ਦੀ ਅਸਾਂ ਸੀਮਤ ਦਰਸਤ ਕਰਨੀ ਹੈ ਹੁਣ ਇੱਥੇ ਉਹ ਯਾਰੀਆਂ ਦੋਸਤੀਆਂ ਨਹੀਂ ਚਲਣੀਆਂ ਕਿ ਪ੍ਰਵੇਜ਼ ਲਾਇ ਜਿਹੜੇ ਨੇ ਉਸਟੈਬਲਿਸ਼ਮੈਂਟ ਦੇ ਬੰਦੇ ਸੀ ਪਿਛਲੇ 40 ਸਾਲ ਤੋਂ ਉਹ ਖਾਤਾ ਹੁਣ ਖਤਮ ਹੋ ਗਿਆ ਹੁਣ ਤੇ ਪਾਈ ਹਿਸਾਬ ਦੇਣਾ ਮਤਲਬ ਕਿ 8-9 ਮਹੀਨੇ ਵਜ਼ੀਰ ਆਲਾ ਰਿਹਾ ਤੇ ਪਤਾ ਨਹੀਂ ਕਿੰਨੇ 100 ਅਰਬ ਇਹ ਲੁੱਟ ਕੇ ਲੈ ਗਿਆ ਸਣੇ ਆਪਣੇ ਮੁੰਡੇ ਮੁੰਡਾ ਬਾਹਰ ਯਾਸ਼ੀਪਿਆ ਕਰਦਾ ਸਪੇਨ ਦੇ ਵਿੱਚ ਤੇ ਇਹ ਅੰਦਰੋਂ ਜੇਲਾ ਭੋਗਦਾ ਪਿਆ ਕਦੀ ਅੰਦਰ ਤੇ ਕਦੀ ਬਾਹਰ ਤੇ ਇਹ ਪਰਵੇਜ਼ ਲਈ ਜਿਹੜਾ ਇਹਦੀ ਵੀ ਜਾਨ छुटਦੀ ਨਜ਼ਰ ਨਹੀਂ ਆਂਦੀ ਜੇ ਇਹ ਹੀ ਜੇਲ ਦੇ ਵਿੱਚੋਂ ਰਿਹਾ ਹੋਏਗਾ ਕਿਉਂਕਿ ਜੱਜ ਇਹਦੇ ਆਪਣੇ ਨੇ ਭਰਤੀ ਕੀਤੇ ਗੁਜਰਾਤ ਦੇ ਵੀ ਇੱਕ ਦੋ ਜੱਜ ਇਸਪਰਤੀ ਕੀਤੇ ਨੇ ਉਸੇ ਲਾਹੌਰ ਹਾਈ ਕੋਰਟ ਦੇ ਵਿੱਚ ਹੀ ਨੇ ਔਰ ਕਈ ਤੇ ਜਰਾਂਈ ਪੇਸ਼ਾ ਜੱਜ ਨੇ ਜਿਹੜੇ ਇਸਪਰਤੀ ਕਰਾਏ ਸੀ ਆਪਣੇ ਦੌਰ ਦੌਰੇ ਦੇ ਵਿੱਚ ਤੇ ਸਾਰਾ ਸਾਫਤਾ ਇਸ ਵਾਸਤੇ ਉਹਨੂੰ ਜ਼ਮਾਨਤਾਂ ਜਿਹੜੀਆਂ ਨੇ ਉਹ ਮਿਲ ਜਾਂਦੀਆਂ ਨੇ ਕਿਉਂਕਿ ਪੈਸਾ ਟਕਾ ਜੇ ਚਲਦਾ ਪਿਆ ਤੇ ਇਹ ਪ੍ਰਵੇਜ਼ ਲਾਇ ਦੀ ਰਿਹਾਈ ਅਗਰ ਹੋ ਜਾਂਦੀ ਹੈ ਹੁਣ ਤੱਕ ਜਦੋਂ ਤੱਕ ਵੀਡੀਓ ਆਏ ਤੇ ਨਾਲ ਹੀ ਉਹਨੂੰ ਪੁਲਿਸ ਵਾਲਾ ਜਿਹੜੇ ਨੇ ਉਹ ਫਿਰ ਫੜ ਲੈਣਗੇ ਕੇਸਾਂ ਦੀ ਲਾਈਨ ਲੱਗੀ ਜਿੰਨੀ ਦੇਰ ਤੱਕ ਪੂਰਾ ਹਸਾਬ ਕਾਬਨੀ ਲੈ ਲੈਣਾ ਤੇ ਪ੍ਰਵੇਜ਼ ਲਾਇ ਦੀ ਵੀ ਜਾਣ ਨਹੀਂ ਛੁੱਟਣੀ ਤੇ ਮੂਨਸ ਲਾਇ ਵੀ ਬਹੁਤ ਜਲਦ ਪਾਕਿਸਤਾਨ ਦੇ ਵਿੱਚ ਪਹੁੰਚੇਗਾ ਤੇ ਬੰਦਿਆਲ ਨੂੰ ਫੱਕੀ ਦੇਣ ਦਾ ਮੁਕੰਮਲ ਪ੍ਰੋਗਰਾਮ ਹੈ ਬੰਦਿਆਲ ਕਦੀ ਵੀ ਫੈਸਲਾ ਨਹੀਂ ਦੇਵੇਗਾ ਫੌਜੀ ਦਲਤਾਂ ਦੇ ਖਿਲਾਫ ਇਹ ਸਾਡੀ ਪਛਿੰਗ ਹੋਈ ਜੀ ਧਿਆਨ ਕਰਨਾ ਬਹੁਤ ਸ਼ੁਕਰੀਆ